ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਡੇ ਯੂਟਿਊਬ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਅਤੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ। ਅਤੇ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵਾਂ ਵਲੌਗ ਲੈ ਕੇ ਆ ਰਹੇ ਹਾਂ ਜਿਸ ਵਿੱਚ ਆਪਾਂ ਤੁਹਾਨੂੰ ਅੱਜ ਧੰਨ ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ ਦੇ ਜਨਮ ਸਥਾਨ ਪਿੰਡ ਪੂਲੇ ਵਿਖੇ ਲੈ ਕੇ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੀ ਕਿ ਭਾਈ ਤਾਰੂ ਸਿੰਘ ਜੀ ਨੇ ਆਪਣੀ ਜਿਹੜੀ ਸਿੱਖੀ ਸੀ ਉਹ ਕਿਸਾਨ ਸੰਘ ਨਿਭਾਈ ਸੀ ਅਤੇ ਆਪਣੇ ਕੇਸ ਅਤੇ ਇਸਲਾਮ ਕਰ ਧਰਮ ਕਬੂਲ ਕਰਨ ਤੋਂ ਮਨ੍ਹਾ ਕਰਤਾ ਸੀਗਾ ਅਤੇ ਆਪਣੀ ਖੋਪੜੀ ਜਿਹੜੀ ਉਹ ਲਵਾਤੀ ਸੀਗੀ। ਅਤੇ ਅੱਜ ਆਪਾਂ ਤੁਹਾਨੂੰ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਦਰਸ਼ਨ ਕਰਨ ਲਈ ਤੁਸੀਂ ਸਾਡੀ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹੋ ਤਾਂ ਜੋ ਤੁਸੀਂ ਦਰਸ਼ਨ ਕਰ ਸਕੋ। ਆਓ ਹੁਣ ਤਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਪੂਲੇ ਵਿਖੇ। ਸਾਡੇ ਜੀ ਆਪਾਂ ਪਿੰਡ ਪੂਲੇ ਵਿੱਚ ਪਹੁੰਚ ਚੁੱਕੇ ਹਾਂ ਬਾਬਾ ਜੀ ਦੇ ਜਨਮ ਸਥਾਨ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀਗਾ। ਇਹ ਪਿੰਡ ਵਿੱਚ ਗੁਰਦੁਆਰਾ ਹੈ, ਇੱਕ ਖੇਤਾਂ ਵਿੱਚ ਉਹਦੇ ਤੁਹਾਨੂੰ ਦਰਸ਼ਨ ਆਪਾਂ ਬਾਅਦ 'ਚ ਕਰਾਵਾਂਗੇ। ਹੁਣ ਆਪਾਂ ਇੱਥੇ ਪਿੰਡ ਵਿੱਚ ਦਰਸ਼ਨ ਕਰਾਂਗੇ, ਹੁਣ ਦਰਬਾਰ ਵਿੱਚ ਜਾ ਰਹੇ ਹਾਂ ਅਤੇ ਦਰਸ਼ਨ ਕਰਿਓ ਤੁਸੀਂ। ਮਾਤਾ ਦਰਦ ਮਹਾਤ ਜੇ ਸ਼ਰਾਧ ਦੋ ਦਾਈ ਦਾਇਆ ਕੇਲੇ ਸਗਲ ਜਗਾਤ ਚੰਗਿਆਈਆਂ ਬ ਲਓ ਜੀ ਤੁਸੀਂ ਵੇਖ ਸਕਦੇ ਜੀ ਆਪਾਂ ਗੁਰਦੁਆਰਾ ਤਪ ਸਥਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਲਾ ਵਿਖੇ ਪਹੁੰਚ ਚੁੱਕੇ ਹਾਂ। ਅਤੇ ਇੱਧਰ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਜੀ। ਹੁਣ ਆਪਾਂ ਤੁਹਾਨੂੰ ਅੰਦਰ ਦਰਬਾਰ ਦੇ ਦਰਸ਼ਨ ਕਰਾਵਾਂਗੇ। ਲਓ ਜੀ ਤੁਸੀਂ ਦੇਖ ਸਕਦੇ ਜੀ ਆਪਾਂ ਗੁਰਦੁਆਰਾ ਸਾਹਿਬ ਤਪ ਸਥਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਲਾ ਵਿਖੇ ਪਹੁੰਚ ਚੁੱਕੇ ਹਾਂ। ਅਤੇ ਹੁਣ ਆਪਾਂ ਤੁਹਾਨੂੰ ਅੰਦਰ ਦਰਬਾਰ ਦੇ ਦਰਸ਼ਨ ਕਰਾਵਾਂਗੇ। ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਚਾਰੇ ਪਾਸੇ।
ਖੂਹ ਤੁਸੀਂ ਜਾ ਸਕਦੇ ਜੇ ਜੋ ਭਾਈ ਤਾਰੂ ਸਿੰਘ ਜੀ ਚਲਾਉਂਦੇ ਰਹੇ ਨੇ ਇਤਿਹਾਸ ਆ ਭਾਈ ਤਾਰੂ ਸਿੰਘ ਜੀ ਦਾ ਤੁਸੀਂ ਸਾਰੇ ਪੜ੍ਹ ਸਕਦੇ ਜੇ ਇੱਧਰ ਲੰਗਰ ਆ ਲਿਆ ਜੀ ਤੁਸੀਂ ਦੇਖ ਸਕਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਜਨਮ ਅਸਥਾਨ ਲੰਗਰ ਆ ਗਾ ਅੱਗੇ ਵੀ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਇੱਧਰ ਲੰਗਰ ਪੱਕਦਾ ਜੀ ਤੁਸੀਂ ਦੇਖ ਸਕਦੇ ਜੇ ਇੱਧਰ ਬਰਤਨਾਂ ਦੀ ਸੇਵਾ ਲਓ ਜੀ ਜਿੱਥੇ ਆਪਾਂ ਤੁਹਾਨੂੰ ਪਹਿਲਾਂ ਲੈ ਕੇ ਗਏ ਸੀਗੇ ਉੱਥੇ ਭਾਈ ਤਾਰੂ ਸਿੰਘ ਜੀ ਦਾ ਪੁਰਾਣਾ ਘਰ ਸੀਗਾ ਜਨਮ ਅਸਥਾਨ ਸੀਗਾ ਅਤੇ ਦੂਜੀ ਸਾਈਡ ਜਿੱਥੇ ਆਪਾਂ ਤੁਹਾਨੂੰ ਲੈ ਗਏ ਉੱਥੇ ਉਹਨਾਂ ਦਾ ਤਪ ਸਥਾਨ ਸੀ ਖੇਤਾਂ ਦੇ ਵਿੱਚ ਬਣਿਆ ਹੋਇਆ ਵਾ ਅਤੇ ਤੁਸੀਂ ਜਦੋਂ ਵੀ ਕਿਤੇ ਪੂਲੇ ਜਾਓ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਜੇ ਨਾਲ ਹੀ ਉੱਥੇ ਤੁਹਾਨੂੰ ਇਤਿਹਾਸ ਵੀ ਆਪਾਂ ਸਾਰਾ ਦਿਖਾਇਆ ਹੋਇਆ ਵਾ ਅਤੇ ਬਾਕੀ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਜਿਹੜਾ ਸਾਡਾ ਅੱਜ ਦਾ ਵਲੋਗ ਆ ਕਿਵੇਂ ਦਾ ਲੱਗਾ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ